हाँ जी, तो तुझे देखा होगा भी दूजा ब्लॉग ते आपां पहुंच गए हुण रेलवे स्टेशन ते। ते ब्लॉग दा कंटिन्यू करदे आ हुण रेलवे स्टेशन ते। देखो आपां असीं पिंड किवें पहुंचे आ, इहदे तीन पार्ट बणवाते क्योंकि वीडियो इन्नी लंबी हो रही जी, तुसीं देखणी नहीं जी पूरी क्योंकि पार्टां दे देख लो क्योंकि हौली हौली छोटे छोटे होणगे पार्ट। ते देखो फिर हुण असीं रेलवे स्टेशन ते घर किवें पहुंचे आ, ते चलो देखो फिर जा। ਕਚਤੀ ਵਸੇ ਨੇ ਜੀ ਪਿੰਡ। ਕੀ ਕਹਿਣਾ ਚਾਹੁੰਦਾ ਤੂੰ? ਮੈਂ ਕਹਿਣਾ ਚਾਹੁੰਦਾ ਵੀ ਅਮਰਤ ਨੇ ਪਹਿਲਾਂ ਹੁਣ ਸਾਰਾ ਰੈਸਟੋਰੈਂਟ ਦੇਖ ਕੇ ਕਹਿੰਦਾ, ਮੈਂ ਦੇਖਿਆ ਵੀ ਪ੍ਰਸ਼ਾਸਨ ਦੀ ਗੱਲਾਂ ਦੇਖੀਆਂ। ਉਹ ਨਿੱਕਾ ਕਹਿੰਦਾ ਸੁਧਾਰ ਹੋ ਗਿਆ ਬਾਥਰੂਮਾਂ 'ਚ, ਪਹਿਲਾਂ ਸਮੈਲ ਆਉਂਦੀ ਹੁੰਦੀ ਸੀ ਹੁਣ ਕਹਿੰਦਾ ਵਧੀਆ ਬਣ ਗਏ। ਕਾਫੀ ਬਦਲ ਗਿਆ। ਤੇ ਚਲੋ ਜੀ, ਲਾਈਟ ਲੱਗੀ ਹੋਈ ਆਪਾਂ ਲਾ ਦਈਏ ਇੱਧਰ ਵੀ ਟਾਕੀ, ਕਿਉਂਕਿ ਇੱਧਰ ਤਾਂ ਪਖੜਦਾ ਨਹੀਂ। ਚਲ ਆਪੀ ਲੱਗੀ ਰਹੂੰਗੀ ਕੀ ਕਰਨ ਨਾਲ। ਤੇ ਇੱਧਰ ਨਿੱਕਾ ਖੜਾ ਦੇਖ ਰਿਹਾ ਪੈਟਰੋਲ ਪੰਪ, ਤੇਲ ਹੀ ਉਹਦਾ ਵੈ ਜਾ ਮਨਾ ਮੂਹਾ ਪੈਂਦਾ ਉਹ 'ਚ ਵੀ। ਪਾਣੀ ਆਉਂਦਾ ਹੈ। ਆਹ ਦੇਖੋ ਜੀ, ਇਹਦੇ ਹਾਲਾਤ ਦੇਖੋ, ਇਹ ਇਹਨਾਂ ਦੇ ਰਹਿਣ ਯੋਗ ਨਹੀਂ ਹੈਗਾ ਦੇਸ਼। ਉਹ ਵੀਰ ਆ ਜਾ, ਉਹ ਆ ਜਾ, ਕਾਜਲ ਮੈਂ ਆ ਗਈ। ਲੋਕਲ ਬੈਂਡਾ ਜੀ। ਟ੍ਰੇਨ ਤੁਰਪੀ ਅਤੇ ਮਾਨਾ ਵਾਲਾ ਫਾਟਕ ਤੋਂ ਸਟੇਸ਼ਨ ਤੋਂ, ਅਤੇ ਟ੍ਰੇਨ ਚੱਲ ਪਈ ਹੈ। ਫੜ ਲਈ ਸਪੀਡ 138 ਸਪੀਡ 'ਤੇ ਜੀ, ਉਹ ਪਹਿਲਾਂ ਤੁਰੀ ਹੈ, ਹੁਣ ਆਪਾਂ ਅੰਦਰ ਨੂੰ ਹੋ ਜਾਵਾਂਗੇ। ਇੱਥੇ ਬਹਿ ਕੇ ਸੱਟ ਨਹੀਂ ਖਾਣੀ, ਪਹਿਲਾਂ ਮੈਂ ਵੀਡੀਓ ਬਣਾਉਣ ਦੇ ਮਾਰਾ ਪੈ ਗਿਆ। ਸਟਾਰਟ ਹੀ ਖੜਾ ਪਹਿਲੀ, ਗੇਅਰ ਪਾਓ ਲੈ ਜਾਓ, ਏ ਸੀ 'ਚ ਬੈਠੇ ਨੇ, ਇਹ ਸੁਧਾਰ ਹੋ ਗਏ ਟ੍ਰੇਨਾਂ 'ਚ। ਅਤੇ ਚਲੋ ਆਪਾਂ ਅੰਦਰ ਬਹਿੰਦੇ ਹੁਣ ਜਾਣਾ। ਹਾਂ ਸਿੱਧੀ ਬਜਾਈ ਕਰੀ ਆ, ਪੂਰੀ ਵਧੀਆ ਖੜੀ ਹੋਏ। ਉਹ ਦੇਖੋ ਮਸ਼ੀਨ ਚੱਲਦੀ ਮੂੰਗੀ ਵਾਲੀ, ਮੂੰਗੀ ਉਹ ਕਰ ਲੱਗਿਆ ਪੂਰੀ ਵਧਾ ਖੜਾ ਯਾਰ, ਝੋਨਾ ਸੁੱਕੀ ਬਿਜਾਈ ਕਰੀ ਹੋਈ ਆ, ਨਾਲੇ ਖੁੱਲਾ ਖੁੱਲਾ ਸਿਆੜ ਖੜਾ, ਖੁੱਲਾ ਖੁੱਲਾ ਸਿਆੜ ਨਹੀਂ ਖੜਾ। ਹੋ ਦੇਖੋ ਤੁਸੀਂ ਮਸ਼ੀਨ ਚੱਲਦੀ ਮੂੰਗੀ ਵਾਲੀ, ਆਹ ਬੰਦਾ ਦੱਸੋ ਕੀ ਕਰਕੇ ਉੱਠਿਆ, ਕਮੈਂਟ ਬਾਕਸ ਉੱਤੇ ਜ਼ਰੂਰ ਉਹ ਕਰਿਓ, ਦੇਖ ਸਕਦੇ ਹੋ ਤੁਸੀਂ। ਸਿਰ ਦੁਖਣ ਲੱਗ ਗਿਆ। ਸਿਰ ਕਾਹਦੇ ਨਾਲ ਦੁਖਣ ਲੱਗ ਗਿਆ? ਸਿਰ ਗਰਮੀ ਨਾਲ। ਕਿਉਂ?
ਜਲੰਧਰ ਲੋਟ ਆ ਨੀਂਦ ਲਾ ਕੇ ਲੋਟ ਹੈ ਸੀਟ ਮਿਲ ਗਈ ਆਪਾਂ ਨੂੰ ਸੀਟ ਮਿਲ ਗਈ ਆਪਾਂ ਨੂੰ ਵਿਆਸ ਦਰਿਆ ਦੀ ਵਿਆਸ ਵਾਲੇ ਉੱਤੇ ਜੰਕਸ਼ਨ ਤੇ ਹੁਣ ਆਊਗਾ ਲੁਧਿਆਣਾ ਜਲੰਧਰ ਜੰਕਸ਼ਨ ਜਲੰਧਰ ਸ਼ਹਿਰ ਆ ਗਿਆ ਅੰਬਰੇ ਫਿਰ ਇਹਦੇ ਦੋ ਪਾਰਟ ਆਉਣਗੇ ਜ਼ਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਦੋਂ ਵੀਡੀਓ ਦੇਖਣ ਲੱਗਿਆ ਨਾਲ ਦੀ ਨਾਲ ਲਾਈਕ ਕਰ ਦਿਓ ਇਹਦਾ ਛੋਟਾ ਜਿਹਾ ਵਿਆਸ ਜੰਕਸ਼ਨ ਵੱਡਾ ਸੀ ਆਪਾਂ ਪਹੁੰਚ ਗਏ ਜਲੰਧਰ ਸਿਟੀ ਜਿਵੇਂ ਤੁਸੀਂ ਦੇਖ ਹੀ ਲਿੱਤਾ ਅਤੇ ਆ ਖੜੀ ਆਪਣੀ ਟ੍ਰੇਨ ਆਪਣੇ ਨਿਰਧਾਰਿਤ ਸਮੇਂ 'ਤੇ ਸਹੀ ਚੱਲ ਰਹੀ ਆ ਆਪਾਂ ਨੇ ਪਹੁੰਚਣਾ 4:30 ਪਹੁੰਚਾ ਦੂ ਆਪਾਂ ਨੂੰ ਲਓ ਜੀ ਸੜਤੀ ਟ੍ਰੇਨ ਆਪਾਂ ਦਾ ਅੱਜ ਆਪਾਂ ਪਹੁੰਚ ਗਏ 2.5 ਘੰਟਿਆਂ 'ਚ ਲੁਧਿਆਣੇ ਬੱਸ ਜਿੰਨੀ ਸਪੀਡ 'ਤੇ ਆਏ ਹਾਂ ਬੱਸ ਵੀ 2.5 ਘੰਟਿਆਂ 'ਚ ਆਈ ਸੀ ਅਤੇ ਹੁਣ ਚੱਲਦੇ ਹਾਂ ਪਲੈਟਫਾਰਮ ਤੋਂ ਬਾਹਰ ਨਿਕਲਦੇ ਹਾਂ ਬੱਸ ਫੜਦੇ ਹਾਂ ਚੱਲਦੇ ਹਾਂ ਕੁੱਪ ਨੂੰ ਅਤੇ ਉੱਥੇ ਜਾ ਕੇ ਚੱਕਦੇ ਹਾਂ ਸਕੂਟਰੀ ਬਾਹਰ ਜਾ ਕੇ ਪੀ ਲੈਂਦੇ ਹਾਂ ਇਹਦਾ ਫੋਰਸ ਉੱਥੇ ਕਹਿੰਦੇ ਬੰਬ ਦਾ ਹੋ ਜਾਏਗਾ ਤੂੰ ਬੰਬ ਲਈ ਫਿਰਦਾ ਕਹਿੰਦੇ ਹੈਂ ਤੂੰ ਤੇਰੇ ਇਰਾਦੇ ਕੀ ਰਹੇ ਬਿਸਨੋਈ ਲੋ ਬਾਬੇ ਉਹ ਆਪਾਂ ਪਹੁੰਚ ਗਏ ਲੁਧਿਆਣੇ ਚੱਕੋ ਉੱਧਰ ਖੜਾ ਰੋਡ ਕੁੱਟਣਾ ਜੂਮ ਨਹੀਂ ਆਉਣਾ ਵਾਈਡ ਐਂਗਲ ਚੱਲ ਰਿਹਾ ਹੋਟਲ ਹਾਲੀਵੁੱਡ ਸਲਮਾਨ ਖਾਨ ਰਹਿੰਦਾ ਆ ਕੇ ਇੱਥੇ ਹੁਣ ਆਪਾਂ ਬਾਹਰ ਉਹ ਉੱਥੋਂ ਜਾਣਾ ਉਹ ਮੇਨ ਆ ਉਹ ਆ ਬਾਟ ਇੱਧਰ ਦੀ ਵੀ ਘੜਦੀ ਆ ਮੇਨ ਜ਼ਰੂਰ ਬੋਲ ਬੋਲ ਤੰਗ ਕਰ ਲਿਆ ਤੰਗ ਕਾਹਦਾ ਕਰ ਲਿਆ ਪਹਿਲਾਂ ਉਹ 4-5 ਜਣੇ ਨੂੰ ਉਹਨੂੰ ਗਲਤ ਰਾਹ ਪਾਤਾ ਮੈਂ ਆਪ ਦੇ ਗਲਤ ਨੇ ਦੱਸਿਆ ਵੀ ਕਹਿੰਦੇ ਰਿਹਾ ਬੜਾ ਉੱਥੇ ਹੀ ਮੁੜੇ ਇੰਨਾ ਨਹੀਂ ਸੋਚੀਦਾ ਹੁੰਦਾ ਜਿਹੜੇ ਸਟੇਸ਼ਨ ਤੇ ਬੁੜੀ ਬੀਬੀ ਬੋਲਦੀ ਹੁੰਦੀ ਆ ਇਹ ਨੀ ਲੱਗਦਾ ਜਿਵੇਂ ਇੱਕੋ ਹੀ ਸਾਰੇ ਸਟੇਸ਼ਨਾਂ ਤੇ ਲਿਆ ਕੇ ਬਿਠਾਈ ਜਾਂਦੀ ਆ ਇੱਕੋ ਹੀ ਬੋਲੀ ਜਾਂਦੀ ਆ ਜਨ ਸਰਟੀਫਿਕੇਟ ਲੈ ਕੇ ਦਿੱਤਾ ਜਾਂਦਾ ਨੌਜਵਾਨ ਉਹ ਨਹੀਂ ਕਹਿੰਦਾ ਮੈਂ ਵੀ ਇੱਕੋ ਹੀ ਆਵਾਜ਼ ਹੁੰਦੀ ਆ ਹਰੇਕ ਸਟੇਸ਼ਨ ਤੇ ਉਹ ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਇੱਦਾਂ ਦੀ 7-5-9-8 ਆਟੋ ਵਾਲਿਆਂ ਨਾਲ ਬਾਰਗੇਨਿੰਗ ਚੱਲਦੀ ਆ ਪੂਰੀ ਦੇਖ ਪਾ ਹੈਂ ਅਰੇ ਤੂੰ ਕਹਾਂ ਸੇ ਆਇਆ ਇਹ ਆਟੋ ਲੱਭਦੇ ਫਿਰਦੇ ਆ ਬੱਸ ਸਟੈਂਡ ਟਰੈਕਰ ਆ ਗਏ ਵੀਰੇ ਮੇਰੇ ਵੀਰੇ ਉਹ ਟਰੈਕਰ ਆ ਗਏ ਇੰਡੀਆ ਐਕਸਪਲੋਰ ਕਰਨ ਲੱਗਿਆ ਪੈਦਲ ਐਕਸਪਲੋਰਿੰਗ ਹੋ ਰਹੀ ਆ ਇਹ ਹੁਣ ਮੈਂ ਤੈਨੂੰ ਕੀ ਕਹਾਂ ਇੱਧਰ ਦੇਖ ਲਓ ਮੇਰੇ ਵੀਰੇ ਕੀ ਆ ਟ੍ਰੇਨਾਂ ਆ ਗਈਆਂ ਜੰਕਸ਼ਨ ਆ ਗਿਆ ਏਸੀ ਚੱਲਿਆ ਤੁਰ ਕੇ ਚੱਲਿਆ ਬੱਸ ਸਟੈਂਡ ਨੂੰ ਇੰਨੇ ਕੁ ਅਸੀਂ ਵਿਹਲੇ ਹਾਂ ਇੰਨਾ ਕੁ ਸਾਡੇ ਕੋਲ ਟਾਈਮ ਜਾਇਆ ਕਰਨ ਨੂੰ ਹੈਗਾ ਸਾਨੂੰ ਉਤਰਿਆਂ ਨੂੰ ਹੋ ਗਿਆ ਘੱਟੋ ਘੱਟ 1/2 ਘੰਟਾ
ਟ੍ਰੇਨ ਚ ਉਤਰਨ ਵਾਲਾ ਸੀ, ਟਾਈਮ ਜਾਇਆ ਕਰਨ ਲੱਗੇ ਹੋਏ ਆ। ਇੱਥੋਂ ਲੈਂਦੇ ਆ ਲਿਫਟ ਤੇ ਚੱਲਦੇ ਆ। ਲਓ ਜੀ ਪਹੁੰਚ ਚੁੱਕਿਆ ਵਾ ਬੱਸ ਸਟੈਂਡ ਪੂਰੇ 40 ਮਿੰਟਾਂ 'ਚ ਨਾ 23 ਮਿੰਟਾਂ 'ਚ 23 ਮਿੰਟਾਂ 'ਚ ਉਰੇ ਪਹੁੰਚੇ ਹਾਂ। 2.5 ਕਿਲੋਮੀਟਰ ਤੁਰ ਕੇ 1 ਰੁਪਈਏ ਦੇਣ ਦੇ ਮਾਰੀ, 20 ਰੁਪਈਏ ਦੇਣ ਦੇ ਮਾਰੇ ਸੀ। 2.5 ਮਿੰਟਾਂ 'ਚ ਵੀਹ ਮਿੰਟਾਂ 'ਚ ਪਹੁੰਚਿਆ ਉਰੇ। ਗਰਾਰੀ ਸੀਗੀ ਬਸ, ਤੁਰ ਕੇ ਹੀ ਜਾਣਾ 20 ਰੁਪਈਏ ਨਹੀਂ ਦੇਣੇ। ਜਿਹਨੂੰ ਪੁੱਛਿਆ ਕਰੇ ਕਿੰਨੇ ਰੁਪਈਏ, ਕਹਿੰਦਾ 20 ਰੁਪਈਏ। ਕਿਉਂ ਬਈ ਕੀ ਬਣਦਾ? ਉਹ ਕੁੱਤਾ 20 ਰੁਪਈਏ ਦੇਣੇ ਨਹੀਂ ਸੀ। ਗਰਾਰੀ ਸੀਗੀ ਬਸ। ਆਪਾਂ ਪਹੁੰਚਣ ਵਾਲੇ, ਆਪਾਂ ਪਹੁੰਚ ਗਏ ਹੁਣ ਅਕਬਰਪੁਰ ਛੰਨਾ। ਇੱਥੋਂ ਥੋੜ੍ਹੀ ਜਿਹੀ ਬਾਟ ਰਹੀ ਅਤੇ ਚੱਲਦੇ ਹਾਂ। ਅੱਜ ਕੁਛ ਕਰੂ ਜਮਰਾਜ ਸਵਾਰ ਇਹਦੇ ਜਮਾਂ ਦਾ। ਜੂਸ ਪੀਣ ਖੜ ਗਿਆ ਵੀ ਮੁੰਡਾ, ਗਲਾਸ ਚੱਕ ਕਰੋ ਹੱਥ ਜਾਊਗਾ ਫਿਰ ਦਿਖਾਉਣਾ ਇਹਨੇ ਨਾ। ਟਾਈਮ ਲਵਾਤਾ ਇਹਨਾਂ ਦੇਖ ਸਕਦੇ ਜੀ, 1 ਫੁੱਟ ਦਾ ਗਲਾਸ ਨਿੱਕੇ ਖਿੱਚਦੇ। ਲਓ ਜੀ ਪੀ ਕੇ ਮਿਲਦੇ ਆ ਫਿਰ, ਹੈ ਨਾ, ਪੀਣ ਨੂੰ ਵੀ ਟਾਈਮ ਲੱਗਣਾ। ਅਤੇ ਹਾਂਜੀ, ਅਤੇ ਹੁਣ ਪਹੁੰਚ ਗਏ ਆਪਾਂ ਘਰੇ ਅਤੇ ਟਾਈਮ ਹੋ ਗਿਆ। ਮੈਂ ਅਸੀਂ ਪਹੁੰਚ ਗਏ 6:30 ਅਤੇ ਹੁਣ ਟਾਈਮ ਹੋ ਗਿਆ 7:30 ਅਤੇ ਹੁਣ ਮੈਂ ਵਲੋਗ ਦਾ ਐਂਡ ਇੱਥੇ ਕਰਨਾ। ਇਹਦੇ 2 ਪਾਰਟ ਆਉਣਗੇ ਅਤੇ ਜ਼ਰੂਰ ਦੇਖੋ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਕੇ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ।